ਉੱਥੇ ਤਾਂ ਧਰਨੇ ਲਾਉਂਦੇ ਮੋਦੀ ਵਿਰੁੱਧ, ਉਹ ਧਰਨੇ ਨੂੰ ਤਾਂ ਕੁਛ ਨਹੀਂ ਕਹਿੰਦੇ ਵੀ ਸਾਡੇ ਪਬਲਿਕ ਵਿਰੁੱਧ ਹੋਜੂ, ਤੇ ਇੱਥੇ ਇੱਥੇ ਦੁੱਖ ਲੱਗਦਾ ਜਦੋਂ ਪੰਜਾਬ 'ਚ ਧਰਨੇ ਲੱਗਦੇ ਆ। ਇਹ ਤਾਂ ਪ੍ਰਧਾਨ ਮੰਤਰੀ ਬਣਾਉਣ ਲਈ ਕੁੱਲ ਇਹਨਾਂ ਦਾ MLA, ਇਹ ਮੁੱਖ ਮੰਤਰੀ ਸਾਹਿਬ ਫਿਰਦੇ ਤਾਂ ਕੇਜਰੀਵਾਲ ਨਾਲ, ਅਸੀਂ ਚੰਡੀਗੜ੍ਹ ਜਾ ਕੀ ਕਰਾਂਗੇ? ਤੰਬੂ ਲਾਓ ਜਾ ਕੇ ਦਿੱਲੀ ਬੈਠੋ ਕਿਸਾਨਾਂ ਨਾਲ, ਉਹ ਤਾਂ ਗੰਨੇ ਵਾਲੇ ਧਰਨੇ ਤੇ ਕਹਿ ਕੇ ਆਇਆ ਸੀਗਾ। ਬਹੁਤ ਕੁਛ ਉੱਤਾ ਕਿਸਾਨਾਂ ਲਈ ਡਰਾਮੇ ਕਰਦਾ ਰਿਹਾ, ਮੈਂ ਕਿਸਾਨਾਂ ਦਾ ਮੁੰਡਾ, ਮੈਂ ਆਇਆ ਜਾ ਸੌ ਕੁਛ ਕਰਦਾ ਰਿਹਾ। ਦੋ ਦੋ ਚਾਰ ਚਾਰ ਲੱਖ ਦੇ ਟਰੈਕਟਰ ਐਡੀ ਦੂਰ ਤੇਲ ਮਚਾ ਕੇ ਕਿਵੇਂ ਚੰਡੀਗੜ੍ਹ ਜਾਣ? ਫਿਰ ਇਹਨਾਂ ਦੇ MLA ਰਹਿੰਦੀ ਚੰਡੀਗੜ੍ਹ, ਤੇ ਅਸੀਂ ਤਾਂ ਜੇ ਪਿੰਡ ਵਾਲੀ ਰੋਡ ਰੋਕਾਂ ਫੇਰ ਹੀ ਚੀਕ ਮਾਰਦੇ ਆ, ਫੇਰ ਹੀ ਸਾਡੇ ਕੋਲ ਆਉਂਦੇ ਆ। ਇਹ ਕੋਪਰੇਟ ਅਦਾਰਿਆਂ ਨਾਲ ਰਲ ਗਿਆ ਬੰਦਾ। ਇਸ ਟਾਈਮ ਜਮੀ ਆਉਣ ਵਾਲੇ ਟਾਈਮ 'ਚ ਪਾਕਿਸਤਾਨ ਦਾ ਬਾਰਡਰ ਓਪਨ ਦੀ ਤਿਆਰੀ ਆ, ਯੂਰਪ ਨੂੰ ਸਿੱਧਾ ਵਪਾਰ ਹੋਣ ਦੀ ਤਿਆਰੀ ਆ, ਕਰੋੜਾਂ ਰੁਪਈਆਂ ਦੇ ਕਿੱਲੇ ਵਿਕਣੇ ਆ। ਇਹ ਤਾਂ ਬਾਈ ਜੀ ਐਡਾ ਤੇਜ਼ ਬੰਦਾ, ਇਹਦਾ ਤਾਂ ਕੋਈ ਹੱਲ ਹੀ ਨਹੀਂ ਬਾਈ ਜੀ। ਆਹ ਮੈਨੂੰ ਨਹੀਂ ਲੱਗਦਾ ਵੀ ਅਕਾਲੀ ਕਾਂਗਰਸ ਇਹਨੂੰ ਮੰਨ ਲਓ ਵੀ ਕਾਊਂਟਰ ਕਰ ਦੇਣਗੇ। ਇਹਨੂੰ ਤਾਂ ਆਮ ਬੰਦਾ ਹੋਵੇ, ਕਮੇਡੀਅਨ ਬੰਦਾ ਹੋਵੇ, ਦੋ ਕਿੱਲੇ ਵਾਹਣ ਦੇ ਹੁਣ, ਜਿਹੜਾ ਢੋਲੀ ਨਾਲ ਸਪਰੇਅ ਸਬਰੂ ਸੜਕਦਾ ਉਹ ਬੰਦਾ ਆਵੇ, ਉਹ ਇਹਨੂੰ ਕਾਊਂਟਰ ਕਰੂ, ਇਹਨੂੰ ਤਾਂ ਦਵਾ ਲਈ। ਕੇਜਰੀਵਾਲ ਨੂੰ ਸਾਈਡ 'ਤੇ ਕਰਕੇ ਮੋਦੀ ਨਾਲ ਸਿੱਧਾ ਕੰਟੈਕਟ 'ਚ ਆ ਇਹ ਭਗਵੰਤ ਮਾਨ, ਉਹ ਉਂਗਲ ਲਾਉਂਦਾ ਵੀ ਜੇ ਦੂਰਾ ਦੋਨਾਂ ਨੂੰ ਉੱਠੂ ਪੰਜਾਬ 'ਚ ਉੱਠੂਗਾ, ਵੀ ਇਹਨਾਂ ਨੂੰ ਰੋਕ, ਇਹਨਾਂ ਨੂੰ ਬਦਨਾਮ ਕਰੇ, ਧਰਨੇ ਲਾਉਂਦੇ, ਐਂ ਕਰਦੇ ਜਾ ਕਰਦੇ ਆ, ਵੀ ਫੁੱਲ ਬਦਨਾਮ ਕਰਦੇ ਇਹਨਾਂ ਨੂੰ। ਤੂੰ ਸੂਬੇ ਦਾ ਨਿੱਕਾ ਜਿਹਾ ਮੁੱਖ ਮੰਤਰੀ ਹੋ ਕੇ ਕਿਸਾਨਾਂ 'ਤੇ ਹਵਾ ਕਰੀ ਜਾਂਦਾ ਯਾਰ, ਪਤਾ ਤਾਂ ਲੱਗੇ ਬਾਈ ਜੀ ਵੀ ਤੈਨੂੰ ਵੀ ਕਿਸਾਨ ਹੈ ਕੀ ਚੀਜ਼ ਆ ਯਾਰ। ਅਸੀਂ ਤਾਂ ਇੰਡੀਆ ਲੈਵਲ 'ਤੇ ਐਡਾ ਅੰਦੋਲਨ ਵਿੱਢ ਕੇ ਖੜ ਗਏ ਸੀਗੇ। ITI ਸੈੱਲ ਜਿਹੜਾ ਭਈਆ ਵਰਗ ਬਹਾਇਆ ਵਾ ਚੰਡੀਗੜ੍ਹ, ਉਹ ਥੱਲੇ ਆ ਕੇ ਕੋਈ ਤਾਂ ਕਿਸਾਨਾਂ ਨੂੰ ਮਲੰਗ ਕਹੀ ਜਾਂਦਾ, ਕੋਈ ਕਹਿੰਦਾ ਇਹ ਵਾਤਾਵਰਨ ਖਰਾਬ ਕਰਦੇ ਆ, ਕੋਈ ਕੁਛ ਕੋਈ ਕੁਛ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕਰੋਨਾ ਦੇ ਟਾਈਮ ਤੁਹਾਨੂੰ ਕੋਈ ਇੰਡਸਟਰੀ ਬਚੀ ਜਿਹੜੀ ਨਾ ਫੇਲ ਹੋਈ ਹੋਵੇ? ਸਿਰਫ ਕਿਸਾਨਾਂ ਨੇ ਬਚਾਇਆ? ਮੈਂ ਜੀ ਸਕਿਉਰਟੀ ਨਹੀਂ ਲੈਂਦਾ, ਮੈਂ ਇਹ ਨਹੀਂ ਕਰਦਾ ਜਾਂ ਨਹੀਂ ਕਰਦਾ। ਬਾਦਲ ਕੈਪਟਨ ਵਰਗਿਆਂ ਕੋਲ 700 ਗਨਮੈਨ ਚੱਲਦੀ ਸੀ, ਇਹਦੇ ਕੋਲ 1400 ਚੱਲਦੇ ਆ। ਮੈਨੂੰ ਇੱਕ ਗੱਲ 'ਚ ਦਿਖਾ ਦੇ, 100 ਗਨਮੈਨ ਇਹ ਕੇਜਰੀਵਾਲ ਨੂੰ ਦੇਈ ਬੈਠਾ ਅਤੇ 3 ਹੈਲੀਕਾਪਟਰ ਇਹਨਾਂ ਨੂੰ ਦੇਈ ਬੈਠਾ ਗਾ। ਇੱਕ ਨਵਾਂ ਕੰਮ ਚਲਾਇਆ ਇੱਕ ਮਿੰਟਾਂ 'ਚ, ਇਹ ਦੁਨੀਆ ਨਾਲੇ ਪੈਸੇ ਖਾ ਗਏ, ਐਂ ਖਾ ਗਏ। ਉਹ ਬਾਈ ਜੀ ਤੁਸੀਂ ਬਚੀ ਇਹਨਾਂ ਕਰਕੇ ਹੋ, ਨਹੀਂ ਤੁਹਾਡੇ ਅੱਜ ਚਿੱਪ ਵਾਲੇ ਮੀਟਰ ਲੱਗ ਜਾਂਦੇ, ਮੋਬਾਈਲ ਵਾਂਗੂ ਪੈਸੇ ਪਵਾਇਆ ਕਰਦੇ। ਖਾ ਗਏ ਤਾਂ ਖਾ ਗਏ, ਤੁਹਾਡੇ ਲੀਡਰ 100-100 ਕਰੋੜ ਖਾ ਜਾਂਦੇ ਆ, ਜੇ ਮਾੜੇ ਮੋਟੇ ਬਿਲੀਆਂ ਤਾਂ ਖਾਧੀ ਨਹੀਂ। ਚਲੋ ਜੇ ਇਹਨਾਂ ਪਿਛਲਾਂ ਖਾ ਗਏ ਤਾਂ ਖਾ ਗਏ, ਘਰ ਦਾ ਵੀ ਕੰਮ ਛੱਡੀ ਬੈਠੇ ਆ। ਇਹਨੂੰ ਕੇਜਰੀਵਾਲ ਨੂੰ ਕਰਪਟ ਬੰਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਖਾਤਰ ਕਰੋੜਾਂ ਰੁਪਏ ਸਾਡੇ ਦੇਸ਼ 'ਚ ਖਰਾਬ ਹੋ ਰਹੇ ਆ, ਇਕੱਲੇ ਪੰਜਾਬ ਦੇ। ਉਹ ਬਾਈ ਜੀ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ, ਉਹ ਕਿਸਾਨਾਂ ਦਾ ਖਹਿੜਾ ਨਾ ਛੱਡ ਦਿਓ, ਇਹੀ ਲੜਾਈ ਲੜਾਂਗੇ, ਦੂਰਾ ਦੋਨਾਂ ਨੂੰ ਫੇਰ ਲੜਨਾ ਪਊਗਾ। ਉਹ ਡੱਕਾ ਨਹੀਂ ਹੋਣਾ, ਉਹ ਪੰਜਾਬ 'ਚ ਤੋਂ ਬਾਜੋ ਦਾ ਬਾਹਲਾ ਭੜਾ ਇਨਕਲਾਬ ਆ ਗਿਆ, ਖਤਮ ਕਰ ਦੂ। ਪਿਛਲੇ ਦਿਨੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਆ, ਪੋਸਟ ਜਿਹੜੀ ਆ ਉਹ ਪਾਈ ਜਾਂਦੀ ਆ ਸੋਸ਼ਲ ਮੀਡੀਆ ਦੇ ਉੱਪਰ, ਕਿਹਾ ਜਾਂਦਾ ਹੈ ਕਿ ਕਿਸਾਨ ਸੜਕਾਂ ਨਾ ਰੋਕਣ, ਸੜਕਾਂ ਰੋਕਣੋਂ ਜਿਹੜਾ ਹੈਗਾ ਉਹ ਹਟ ਜਾਣ। ਕਹਿੰਦੇ ਨੇ ਕਿ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕ ਹੀ ਤੁਹਾਡੇ ਵਿਰੁੱਧ ਹੋ ਜਾਣ, ਤੁਹਾਡੇ ਵਿਰੋਧੀ ਹੋ ਜਾਣ। ਉਹ ਕਹਿੰਦੇ ਨੇ ਮੇਰੀ ਕੋਠੀ ਵੀ ਖੁੱਲ੍ਹੀ ਆ, ਮੇਰਾ ਦਫ਼ਤਰ ਵੀ ਖੁੱਲ੍ਹਾ ਆ, ਖੇਤੀਬਾੜੀ ਮੰਤਰੀ ਦਾ ਦਫ਼ਤਰ ਖੁੱਲ੍ਹਾ, ਖੇਤੀਬਾੜੀ ਮੰਤਰੀ ਦੀਆਂ ਕੋਠੀਆਂ ਖੁੱਲ੍ਹੀਆਂ, ਸੈਕਟਰੀਏਟ ਖੁੱਲ੍ਹਾ, ਬੜਾ ਕੁਝ ਖੁੱਲ੍ਹਾ। ਜੇ ਵਿਰੋਧ ਤਾਂ ਕਰਨੀ ਆ, ਜੇ ਗੱਲਬਾਤ ਕਰਨੀ ਆ ਤੁਸੀਂ ਉੱਥੇ ਆ ਕੇ ਕਰੋ। ਇਸ ਦੇ ਬਾਬਤ ਗੱਲਬਾਤ ਰਹੇਗੀ। ਸਾਡੇ ਨਾਲ ਅੱਜ ਜਗਦੀਪ ਰੰਧਾਵਾ ਆ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਲੱਗਿਆ ਸੀ ਤਾਂ ਰੰਧਾਵੇ ਉਰੇ ਜਿਹੜੇ ਆ ਉਹ ਲੰਬਾ ਸਮਾਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਆ ਉਹ ਰਹੇ ਆ। ਗੱਲਬਾਤ ਕਰਾਂਗੇ ਉਸ ਵੇਲੇ ਕਿਸਾਨਾਂ ਦੇ, ਜਿਹੜੇ ਕਿਸਾਨ ਆਗੂਆਂ ਦੇ ਨੇੜੇ ਰਹੇ ਨੇ। ਰੰਧਾਵੇ, ਮੈਂ ਪਹਿਲੇ ਬਿਆਨ ਤੋਂ ਹੀ ਲੈਣਾ ਚਾਹੂੰਗਾ। ਭਗਵੰਤ ਸਿੰਘ ਮਾਨ ਦਾ ਜਿਹੜਾ ਬਿਆਨ ਆਉਂਦਾ ਆ ਪਿਛਲੇ ਦਿਨਾਂ ਦੇ ਵਿੱਚ, ਹਾਲਾਂਕਿ ਅੱਜ ਵੀ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਆ, ਉਹ ਬਿਆਨ ਦੇ ਬਾਰੇ ਕੀ ਕਹੋਗੇ, ਕਿਵੇਂ ਦਾ ਲੱਗਿਆ ਬਿਆਨ? ਤਾਂ ਬਈ ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜ ਕਲੋਲਾਂ ਕਰਦੇ ਨੇ। ਜੇ ਉੱਥੋਂ ਨਾ ਕਿਸਾਨ ਯੂਨੀਅਨ ਐਡਾ ਅੰਦੋਲਨ ਚਲਾਉਂਦੀ ਨਾ, ਤਾਂ ਫਿਰ ਅਕਾਲੀ ਕਾਂਗਰਸ ਨਹੀਂ ਆਉਣਾ ਸੀ। 2017 'ਚ ਜਿੱਤ ਜਾਂਦੀ ਝਾੜੂ, ਉਹ ਤਾਂ ਲਹਿਰੀ ਐਡੀ ਬਣਾਈ ਵੀ ਸੀ, ਉਹ ਤਾਂ ਸਾਡੇ ਬੰਦਿਆਂ ਦੀ। ਅੱਜ ਮੈਂ ਗਲਤੀਆਂ ਕਹਿਣਾ, ਜੇ ਅਸੀਂ ਉੱਥੋਂ 117 ਬੰਦੇ ਐਲਾਨ ਦੇ ਨਾ ਮਹੀਨਾ ਪਹਿਲਾਂ, ਤਾਂ ਸਾਡੇ ਕਿਸਾਨ ਹੀ ਜਿੱਤਦੇ। ਉਹਨਾਂ ਦੇ ਸਿਰ 'ਤੇ ਇਹ ਜਿੱਤ ਗਏ, ਉਹੀ ਸਾਡੇ ਅੰਦੋਲਨ ਹੀ ਲੈ ਗਿਆ ਦੱਬ ਕੇ। ਨਹੀਂ ਇਹਨਾਂ ਨੂੰ ਵੋਟ ਕਿਹਨੇ ਪਾਉਣੀ ਸੀ? ਢਾਂਚਾ ਤਾਂ ਹਜੇ ਤੱਕ ਨਹੀਂ ਇਹਨਾਂ ਤੋਂ ਪਿੰਡਾਂ 'ਚ ਬਣਿਆ। ਆਹ ਹੁਣ ਇਹਨਾਂ ਦੀ ਥੱਲੇ ਮੈਂ ਤੋਂ ਕਹਿਣਾ ਨਹੀਂ, ਮੈਂ ਚਾਹੁੰਦਾ ਹੁਣ ਇਹਨਾਂ ITI ਸੈੱਲ ਜਿਹੜਾ ਭਈਆ ਵਰਗ ਬਹਾਇਆ ਵਾ ਚੰਡੀਗੜ੍ਹ, ਉਹ ਥੱਲੇ ਆ ਕੇ ਕੋਈ ਤਾਂ ਕਿਸਾਨਾਂ ਨੂੰ ਮਲੰਗ ਕਹੀ ਜਾਂਦਾ, ਕੋਈ ਕਹਿੰਦਾ ਇਹ ਵਾਤਾਵਰਨ ਖਰਾਬ ਕਰਦੇ ਆ, ਕੋਈ ਕੁਛ ਕੋਈ ਕੁਛ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕਰੋਨਾ ਦੇ ਟਾਈਮ ਤੁਹਾਨੂੰ ਕੋਈ ਇੰਡਸਟਰੀ ਬਚੀ ਜਿਹੜੀ ਨਾ ਫੇਲ ਹੋਈ ਹੋਵੇ? ਸਿਰਫ ਕਿਸਾਨਾਂ ਨੇ ਬਚਾਇਆ? ਕਿਸਾਨਾਂ ਰੀੜ੍ਹ ਦੀ ਹੱਡੀ ਆ, ਕਿਸਾਨ ਪੂਰੇ ਦੇਸ਼ ਦੀ, ਖਾਸ ਕਰਕੇ ਭਾਰਤ ਦੀ। ਇਹ ਚੈਨ ਆ, ਇੱਕ ਜੇ ਚੈਨ ਦਾ ਇੱਕ ਦੰਦਾ ਭੁਰ ਗਿਆ ਤਾਂ ਚੈਨ ਗਰਾਰੀ ਦਾ ਇੱਕ ਦੰਦਾ ਭੁਰ ਗਿਆ ਤਾਂ ਚੈਨ ਲੈਣ ਲੱਗ ਜੂਗੀ। ਸਾਰਾ ਕੁਛ ਕਿਸਾਨਾਂ ਸਿਰ 'ਤੇ ਚੱਲਦਾ, ਕਿਸਾਨਾਂ ਬਿਨਾਂ ਰੋਟੀ ਕਿੱਥੋਂ ਖਾਓਗੇ? ਉਦੋਂ ਰਹਾਨਾ ਵਰਗੀਆਂ ਨੇ ਟਵੀਟ ਕਰਤੇ ਸੀ ਬਾਹਰਲੀਆਂ ਗਾਇਕਾਂ ਨੇ, ਕਿਸਾਨ ਕੋਈ
मूँह ही नहीं है ये चाके मूँह जोड़ा भी बनता गा किसानों के विरुद्ध चल पैंता। कोई तो कहना वातावरण खराब करता, कोई कहना अग लाती, तो जोड़े पट्ठे चरद सारा साल बुढ़ा नाला इन्ना गंदा पानी उत्थे पै रहा वह हल कढ़ो। होर फैक्ट्रियां किन्निया चल रही, जीरे वाली हजे नहीं बंद हुई बई जी। तो बाकी बई जी एक गल होर, मैं इनू रिस्पैक्ट ना अज भी बोल रहा, भगवंत सिंह मान जी कह रहा, मैं वो कह रहा भी थोड़े अहदे की मैं रिस्पैक्ट करदा, पर थोड़ी रिस्पैक्ट करनू तां नहीं दिल करता। किड्डे गप मारे सी, मैं आसे ट्रैक्टर का हैंडल मारदा रहा, मेरा गुट टुट गया, मैं जी खेत पानी लाने वेले इंजन के मूहरे पैंदा रहा, धुएं तो मच्छर डाउंदा रहा, मैं जी लाल जो ढक्कण वाली स्प्रे करता रहा नरम की, किड्डे गप मारे सी, मैं जी सिक्योरिटी नहीं लैंदा, मैं नहीं करता जा नहीं करता। बादल कैप्टन वर्गों को 700 गनमैन चलती सी, ये को 1400 चलते आ, मैनू एक गल ची दिखा दे 100 गनमैन यह केजरीवाल को दे बैठा, तो 3 हैलीकॉप्टर इन्हों दे बैठा गा। बुरी हालत है यार, लुट पट के खा गए पंजाब नू, चड्डे दे ब्याह ते किन्ना खर्चा आ गया। मैनू यार एक काम की गल दिखा दो, जिहड़े अकाली कांग्रेस नू इन्हें वधिया करती, हालांकि मैं उन्होंने भी नहीं सराहुंदा, जे वह माड़े से फिर ही आया नहीं आता नहीं सी, पर यह इन्ना चलाक तो एडा तेज बंदा, जो किसानों ने मीटिंग की आने सार बस गलों ही बार बार यही कही गया। मैं किसान यूनियन भी बेनती करना चाहना भी तुम अंदर ये गल क्यों नहीं खोली भी तू साडे धरनियां नूं बदनाम करदा। ला बई जी धरना आसा ट्रैक्टर है जिहदे कोल होर ट्रैक्टर आ, वह दो दो चार चार लख दे ट्रैक्टर एड्डी दूर तेल मचा के किवें चंडीगढ़ जाण, फिर इन्होंने एम एल ए रही चंडीगढ़ तो असी तो जो पिंड वाली रोड रोक फिर ही चीक मारते हैं, फिर ही साढ़े को आए आप कहते आर एस एस की बी टीम है ना, ये बी टीम ही आ, क्योंकि मोदी भी साढ़िया जमीन खोनिया चाहता सी, तो ये भी एक कोऑपरेटर अदारे रल गया बंदा। इस टाइम जमी आने वाले टाइम च पाकिस्तान का बार्डर ओपन की तैयारी आ, यूरप में सीधा व्यापार होने की तैयारी आ, करोड़ों रुपया के किले बिकने आ, ये पहली कोऑपरेटर अदारे रल के आ जड़िया सड़क हूँ बड़े लंघ रहे रोड, वो तो अपन बई जी लड़ ही नहीं की लड़ है, क्योंकि पंजाब का पहली लिंक हो बरनाले भी सड़क जाए, चंडीगढ़ में भी जाए, मुकतसर सारे कितने जाती है, वह लड़ ही नहीं, आपके लिए बना रहे 64 किलोमीटर वाले कट आऊ, फिर थले सड़क से मिट्टी पाती, कोई पानी लंघन थान नहीं, जिम्मे सरदूलगढ़ डुबा ना हड़ा ना उमें सारा पंजाब डुबण गए। आने वाले टाइम थोड़िया जमीन से आखा बई जी, एक जमीन ना बेचो, एक बई जी डट के मुकाबला करो किसानों ना, खड़ जाओ एक नवा कम चला एक मिनट चो जूनियर वाले पैसे खा गए आए खा गए, वो बाई जी तुम बची इन्ना करके हो नहीं, थोड़े अच्छे चिप वाले मीटर लग जाने मोबाइल वगू पैसे पवाया करते, इन्ना करके ही बचे, मैं खा गए तो खा गए, थोड़े लीडर 100-100 करोड़ खा जाते हैं, जे माड़े मोटे बिलकर तो खाद ही नहीं, चलो जो इन्हें पिछड़ा खा गए तो खा गए, घर का भी कम छी बैठे है, तो अच्छे साढ़िया जमीन भी ये साढ़िया जमीन का बचाल है, तिने पार्टियां साढ़े ना दिल्ली खड़िया नहीं है, यही खड़े ना बई जी, तुम आप दसो तुम तो गवाह सारे अंदोलन च रहे हो, तो फिर यार इन्हों बदनाम करने की लड़ है, रोटियां खाओ लोइया लाओ आप ही लड़ाई लड़ सकते हैं, इनू मोदी भी इन उंगल लाँगा केजरीवाल को सैड तो करके मोदी ना सीधा कंटैक्ट चाहे भगवंत मान, वो उंगल लाँगा भी जो दूर अंदोलन उठू पंजाब उठूगा भी इन्हों रोक इन्हों बदनाम करे धरने लाने करते जा कर दिया भी फुल बदनाम करते इन्हों, हालांकि बिच एजेंसियां लगिया हुई धरने तो एक सवाल इतने होर बनता इवें भगवंत सिंह मान कहें कहते जे तुम जमें सड़कों की गल करिए कहें सड़क क्यों रोकते हो, मैं क्योंकि किसान का पुत पहलियां तो कहते रहे ने, वो कहते रहे मेरे घर भी खुला मेरा दफ्तर खुला साढ़े मंत्रियों के दफ्तर को घर खुलिया, कहते उत्थे आ जाओ सड़क रोक के तो हल होना नहीं, गल तो मेरे नाल हो मेरे नाल गल कर लो, मैं तो बैठा 24 घंटे थोड़े लिए। भाई जी इन्ना करजा चढ़ा वा बुरी हालत है किसान की, सत्त तां पराली भी अग लाए बनानी यार सही हो रहा काम, वो भी सानू 4-4-5-5 हज़ार का डीजल सातों पूरा नहीं हो रहा, असं एड्डी दूर तेल मचा के चंडीगढ़ इन्हों को किवें जावे यार, ना ही ये उत्थे सानू मिलते हैं, यदा प्रधानमंत्री बनाने लिए कुल इन्हों का एम एल ए ये मुख्यमंत्री है फिरते तो केजरीवाल ना, असं चंडीगढ़ जा की करा हूँ, मेरी गल सुन लो पिछे जे किन्ने केस हो जो तो इन्हों असी दफ्तर घेरते हैं साड़ी कोई नहीं सुनता, जो बठिंडा चंडीगढ़ रोड घेरते हैं तो वो ये चीक मारते पिछे जी सरहाने वाला केस ही देख लो, उत्थे तो कहते सी जी 2 लाख देवे 3, तो जो रोक ली बठिंडा चंडीगढ़ रोड वो चीक बज गई, तो बाकी यह जड़िया गल् कहते थोड़े विरुद्ध आम लोग होजू, यदा कुछ क एजेंसियों ने यह जी गल् की सरकार ने, साड़ी पब्लिक वो साढ़े नाल ही है, वो किवें विरुद्ध हो जाएंगे, साड़ी रोटी जा रही है, बंदे नहीं लभने ओ बाई जी, वो सोनू नहीं लभने पार्टियां वाले, साढ़े को बंदे आम ही है, असं तो ठंड च कणक बीज ली, मैं तो ऐ कहना भी लैके खेसियां चलो धरना, तो बाई जी होर नहीं है किसी तो दबने, क्योंकि मास्टर डॉक्टर सारिया जथेबंदियां धरना ला के हंबगियां, ना तो बेचारे को उन्होंने को रोटी का प्रबंध आ, ना ही वो साढ़े वगू 6 महीने वेले रह के कणक बीज के वो लड़ाई लड़ सकते हैं, असं बचाई बैठे सारा कुछ, हूँ सू कोई मर्जी हूँ मैंने बथेरिया गलत कमेंटा कट लैन दे, मैं गल् सच्चिया करूँगा, हूँ बई जी गल सुन लो
ਆਹ ਜਦੋਂ ਬਠਿੰਡੇ ਰਿਲਾਇੰਸ ਮਾਲ ਰੋਕਿਆ ਗਾ ਉਦੋਂ ਤੁਸੀਂ ਸਾਰੇ ਸੀ ਵਿੱਚ ਆਪਾਂ ਉਦੋਂ ਦੁਕਾਨਾਂ ਤੇ ਨਾ ਬਠਿੰਡੇ ਸ਼ਹਿਰ ਚ ਰੌਣਕ ਆ ਗਈ ਸੀ ਨਿੱਕੀਆਂ ਤੇ ਕਿਸੇ ਨੇ ਡੱਬੀ ਲੈਣੀ ਕਿਸੇ ਨੇ ਸਿਗਟ ਲੈਣੀ ਕਿਸੇ ਨੇ ਕੁਛ ਲੈਣਾ ਕਿਸੇ ਨੇ ਕੁਛ ਲੈਣਾ ਕਿਸੇ ਨੇ ਖੰਡ ਲੈਣੀ ਸਾਰੀਆਂ ਦੁਕਾਨਾਂ ਤੇ ਗਾ ਕੇ ਜਾਂਦਾ ਸੀ ਤੇ ਮਾਲ ਤਾਂ ਬੁਰਸ ਤੋਂ ਲੈ ਕੇ ਸਾਰਾ ਕੁਛ ਹੀ ਉੱਥੇ ਮਿਲਦਾ ਗਾ ਉਹ ਦੁਕਾਨਾਂ ਦੀ ਰੋਟੀ ਮਾਰੀ ਜਾਂਦੀ ਆ ਛੋਟੀਆਂ ਦੁਕਾਨਾਂ ਵਾਲੇ ਵੀ ਸਾਡੇ ਨਾਲ ਆ ਕੋਆਪਰੇਟਰ ਅਦਾਰਾ ਕਿਸਾਨੀ ਦੀ ਦੁਕਾਨਾਂ ਨੂੰ ਛੋਟੀਆਂ ਨੂੰ ਖਤਮ ਕਰ ਰਿਹਾ ਮਾਲ ਖੁੱਲੇ ਜਮੇਂਡੇ ਜਾਂ ਪੁੱਛੋ ਜਾਂ ਕਿਤੇ ਵੀ ਖੁੱਲੇਗਾ ਤੇ ਸਾਰਾ ਮੰਨ ਲਓ ਵੀ ਉਹ ਦੁਕਾਨਾਂ ਦਾ ਕੰਮ ਵੀ ਲੈ ਜਾਣਗੇ ਖਿੱਚ ਕੇ ਕਿਹੜੇ ਲੋਕਾਂ ਦੀ ਗੱਲ ਆ ਜਿਹੜੀ ਭਗਵੰਤ ਸਿੰਘ ਮਾਨ ਕਰਦੇ ਨੇ ਕਿਤੇ ਲੋਕ ਨਾਲ ਵਿਰੋਧ ਹੋ ਜਾਣ ਉਹ ਕਿਹੜੇ ਲੋਕ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਉਹ ਤਾਂ ਜਾਣ ਕੇ ਫੇਕ ਗੱਲਾਂ ਇਹਨੂੰ ਵੀ ਹੌਲੀ ਹੌਲੀ ਮਾਹੌਲ ਬਣਾ ਲਈਏ ਇਹ ਹੁਣ ਮੋਦੀ ਤੋਂ ਚੱਲ ਰਿਹਾ ਨਾ ਕੰਮ ਇਹ 10ਵੇਂ ਦਿਨ ਅਸੀਂ ਬਿਆਨ ਦਿਆ ਕਰੂ ਵੀ ਧਰਨਾ ਨਾ ਲਾਓ ਆਮ ਲੋਕ ਆਏ ਹੁੰਦੇ ਆ ਕੁਛ ਕੁ ਏਜੰਸੀਆਂ ਦੇ ਬੰਦੇ ਆ ਕੇ ਲੈਬ ਹੁੰਦੇ ਆ ਉਹ ਧਰਨਾ ਲਾਈ ਬੈਠੇ ਜਾਂ ਕਰੀ ਬੈਠਿਆ ਹਾਲਾਂਕਿ ਅਸੀਂ ਧਰਨੇ ਤੇ ਇਹ ਕਹਿੰਦੇ ਆ ਕਿਸਾਨ ਵੀ ਐਂਬੂਲੈਂਸ ਲੰਘਣ ਦੇਵਾਂਗੇ ਜੇ ਕੋਈ ਭਾਈ ਔਖਾ ਬੰਦਾ ਸੀ ਲੰਘਣ ਦੇਵਾਂਗੇ ਇਹ ਤਾਂ ਉਹੀ ਗੱਲਾਂ ਬਾਤਾਂ ਕਰਕੇ ਬਦਨਾਮ ਕਰਦੇ ਉਹ ਬਾਈ ਜੀ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਉਹ ਕਿਸਾਨਾਂ ਦਾ ਖੜਾ ਨਾ ਛੱਡ ਦਿਓ ਇਹੀ ਲੜਾਈ ਲੜਾਂਗੇ ਦੂਰਾ ਅੰਦੋਲਨ ਫੇਰ ਲੜਨਾ ਪਊਗਾ ਪੂਰੇ ਭਾਰਤ 'ਚ ਜਿਵੇਂ ਮੋਦੀ ਦੀ ਨੀਤੀ ਚੱਲ ਰਹੀ ਹੈ ਨਾ ਧਰਮ ਦੇ ਨਾਂ 'ਤੇ ਨੀਤੀ ਖੇਡ ਰਿਹਾ ਹੈਗਾ ਜਾਂ ਜੋ ਵੀ ਰਾਜਨੀਤੀ ਉਹ ਕਰ ਰਿਹਾ ਦੁਬਾਰੇ ਅੰਦੋਲਨ ਹੋਊ ਵੀ ਪੰਜਾਬ 'ਚ ਖੜਾ ਪੰਜਾਬ ਹੀ ਅਗਵਾਈ ਕਰੂ ਵੱਡੇ ਲੈਵਲ 'ਤੇ ਦਿੱਲੀ ਧਰਨਾ ਲੱਗੂ ਉਦੋਂ ਪਹਿਲਾਂ ਇਹ ਭਗਵੰਤ ਮਾਨ ਵਰਗੇ ਆਪਾਂ ਨੂੰ ਖਤਮ ਨਾ ਕਰ ਦੇਣ ਉਹ ਇਕੱਠੇ ਰਹੋ ਇਹਦੀ ਸੁਣੋ ਨਾ ਇਹ ਤਾਂ ਬਾਈ ਜੀ ਐਡਾ ਤੇਜ਼ ਬੰਦਾ ਇਹਦਾ ਤਾਂ ਕੋਈ ਹੱਲ ਹੀ ਨਹੀਂ ਬਾਈ ਜੀ ਆਹ ਮੈਨੂੰ ਨਹੀਂ ਲੱਗਦਾ ਵੀ ਅਕਾਲੀ ਕਾਂਗਰਸ ਇਹਨੂੰ ਮੰਨ ਲਓ ਵੀ ਕਾਊਂਟਰ ਕਰ ਦੇਣਗੇ ਇਹਨੂੰ ਤਾਂ ਆਮ ਬੰਦਾ ਹੋਵੇ ਕਮੇਡੀਅਨ ਬੰਦਾ ਹੋਵੇ 2 ਕਿੱਲੇ ਵਾਹਣ ਦੇ ਹੁਣ ਜਿਹੜਾ ਢੋਲੀ ਨਾਲ ਸਪਰੇਅ ਸਬਰੂ ਸੜਕਦਾ ਉਹ ਬੰਦਾ ਆਵੇ ਉਹ ਇਹਨੂੰ ਕਾਊਂਟਰ ਕਰੂ ਇਹਨੂੰ ਤਾਂ ਦੀਵਾਲੀ ਨਹੀਂ ਇਹਨਾਂ ਤੋਂ ਸਵਾਲ ਪਤਾ ਕੀ ਫਸਦਾ ਅਗੇ ਰਾਜੇ ਬੜਿੰਗ ਨੂੰ ਸਪਰੇਅ ਸੜਕਣੀ ਆਉਂਦੀ ਆ ਸੁਖਬੀਰ ਬਾਦਲ ਨੇ ਕਿਤੇ ਨਰਮਾ ਚੁੱਕਿਆ ਲਾਏ ਗੱਲਾਂ ਦਾ ਕੀ ਜਵਾਬ ਆ ਯਾਰ ਇਹ ਪੰਜਾਬ ਦੇ ਮੁੱਦੇ ਆ ਆਹ ਕਹਿੰਦਾ ਵੀ ਜਿਹੜਾ ਰੇਹ ਵਾਲਾ ਝੋਲਾ ਪੁੱਠੇ ਪਾਸੇ ਖੁੱਲਦਾ ਵੀ ਨਵਜੋਤ ਸਿੰਘ ਨੂੰ ਪਤਾ ਲਾ ਯਾਰ ਇਹ ਗੱਲਾਂ ਕੋਈ ਇਹੋ ਜਿਹੀਆਂ ਗੱਲਾਂ 'ਚ ਤਾਂ ਬਈ ਇਹ ਮੇਰੀ ਗੱਲ ਸੁਣ ਜਿਹਦੀ ਜੀਭ ਚੱਲਦੀ ਆ ਉਹਦੇ 7 ਹਲ ਚੱਲਦੇ ਆ ਉਹ ਤਾਂ ਤੁਹਾਨੂੰ ਇਹ ਗੱਲਾਂ 'ਚ ਤਾਂ ਦਿਵਾਲ ਹੀ ਨਹੀਂ ਜਿੱਧਰ ਮਰਜ਼ੀ ਉੱਠ ਲਓ ਤੁਹਾਨੂੰ ਲੀਡਰਾਂ ਨੂੰ ਨਹੀਂ ਦਿਵਾਲ ਇਹ ਤਾਂ ਆਮ ਹੋਵੇ ਮੇਰੇ ਵਰਗਾ ਪਿੰਡ ਝੋਠਿਆ ਹੋਵੇ ਕਹੀ ਹੋਵੇ ਮੋਢੇ ਤਾਂ ਫੇਰ ਹੱਲ ਹੋਊ ਤੁਹਾਨੂੰ ਮੈਂ ਹੋਰ ਦੱਸਦਾ ਪਿਛਲੀ MP ਚੋਣਾਂ 'ਚ ਇਹ ਹਰਦਾ ਸੀ ਇਹਦੇ ਉੱਧਰ ਕਣਕ ਦੇ ਅੱਗ ਲੱਗ ਗਈ ਕਿਸੇ ਦੀ ਕਣਕ ਨੂੰ ਤੋੜ ਕੇ ਡਾਹਣੇ ਉਹ ਵਜਾਉਣ ਲੱਗਿਆ ਆਉਣ ਵਾਲੇ ਟਾਈਮ 'ਚ ਇਹ ਤੈਨੂੰ ਮੈਂ ਕਣਕ ਵੀ ਵੱਢਦਾ ਦਿਖਾਊਂ ਤੈਨੂੰ ਸਪਰੇਅ ਵੀ ਕਰ ਦਊਂ ਸਾਰੇ ਕੰਮ ਕਰੂੰ ਯਾਰ ਇਹ ਤਾਂ ਐਡਾ ਤੇਜ਼ ਆ ਵੀ ਇਹਦਾ ਤੁਸੀਂ ਤਾਂ ਕਾਊਂਟਰ ਕਰ ਨਹੀਂ ਸਕਦੇ ਲੀਡਰ ਤਾਂ ਨਹੀਂ ਕਰ ਸਕਦੇ ਮੇਰੇ ਨਾਲ 1 ਲੱਖ ਰੁਪਏ ਦੀ ਸ਼ਰਤ ਲਵਾ ਦੇ ਜਿਹੜੇ ਮਰਜ਼ੀ ਲੀਡਰ ਦੀ ਇਹਨੂੰ ਕਾਊਂਟਰ ਆਮ ਬੰਦਾ ਹੋਵੇ ਕਮੇਡੀਅਨ ਹੋਵੇ ਇਹਦੇ ਇੰਨਾ ਤੇਜ਼ ਹੋਵੇ ਪੱਠੇ ਲਿਆਉਂਦਾ ਵੇ ਰੇਹੜੀ 'ਚ ਉਹ ਇਹਨੂੰ ਕਾਊਂਟਰ ਕਰੂਗਾ ਬੰਦਾ ਵੀ ਇੱਕ ਗੱਲ ਇਹ ਵੀ ਹੈ ਵੀ ਮਤਲਬ ਅੱਜ ਉਹ ਕਹਿ ਰਹੇ ਆ ਵੀ ਧਰਨਿਆਂ 'ਤੇ ਬੰਦੇ ਨੇ ਲੱਭਣੇ ਜਾਂ ਧਰਨੇ ਇਸ ਤਰੀਕੇ ਨਾਲ ਇੱਕ ਟਾਈਮ ਫੋਟੋਆਂ ਸਾਹਮਣੇ ਆ ਰਹੀਆਂ ਮਾਨ ਸਾਹਿਬ ਵੀ ਕਿਸਾਨਾਂ ਦੇ ਧਰਨਿਆਂ 'ਚ ਬੈਠੇ ਸੀ ਉਹ ਕਹਿੰਦੇ ਸੀ ਦਿੱਲੀ ਜਾ ਕੇ ਗੱਲ ਨਹੀਂ ਹੋਣੀ ਹੁਣ ਗੱਲ ਇੱਥੇ ਹੀ ਹੋਣੀ ਹੈ ਸੈਂਟਰ 'ਚ ਗੱਲ ਜਾਂ ਸਟੇਟ 'ਚ ਗੱਲ ਨਹੀਂ ਹੋਣੀ ਗੱਲ ਤਾਂ ਹੁਣ ਧਰਨਿਆਂ 'ਤੇ ਬਹਿ ਕੇ ਲੋਕਾਂ ਦੀਆਂ ਸੱਥਾਂ 'ਚ ਹੋਣੀ ਉਹ ਤੂੰ ਤਾਂ ਬਾਈ ਜੀ ਬਹੁਤ ਕਹਿੰਦਾ ਰਿਹਾ ਉਹ ਤਾਂ ਆਪਦੀ ਸਾਰੀ ਪਾਰਟੀ ਨੂੰ ਕਿਹਾ ਸੀ ਵੀ ਤੁਸੀਂ ਤੰਬੂ ਲਾਓ ਜਾ ਕੇ ਦਿੱਲੀ ਬੈਠੋ ਕਿਸਾਨਾਂ ਨਾਲ ਉਹ ਤਾਂ ਗੰਨੇ ਵਾਲੇ ਧਰਨੇ 'ਤੇ ਕਹਿ ਕੇ ਆਇਆ ਸੀਗਾ ਬਹੁਤ ਕੁਛ ਉਹ ਤਾਂ ਕਿਸਾਨਾਂ ਲਈ ਡਰਾਮੇ ਕਰਦਾ ਰਿਹਾ ਮੈਂ ਕਿਸਾਨਾਂ ਦਾ ਮੁੰਡਾ ਮੈਂ ਆਇਆ ਜਾਂ ਸੌ ਕੁਛ ਕਰਦਾ ਰਿਹਾ ਆਉਣ ਮੈਂ ਮੇਰੀ ਤੇ ਨਾ ਭਾਨੇ ਸਿੱਧੂ ਦੀ 1 ਮਿਲੀਅਨ ਇੰਟਰਵਿਊ ਵਾਇਰਲ ਹੋ ਗਈ ਸੀਗੀ ਤੁਸੀਂ ਲਈ ਸੀ ਮਤਲਬ ਝੋਟੇ ਦੇ ਉੱਥੇ ਉਹ ਉੱਥੇ ਉਹ ਮਿਲੀਅਨ ਇੰਟਰਵਿਊ ਵਾਇਰਲ ਹੋ ਗਈ ਜੇ ਨਾ ਉਹ ਹੁੰਦੀ ਨਾ ਇਹਨੇ ਇੱਕ ਕੰਮ ਹੋਰ ਕਰਨਾ ਸੀ ਕਿ ਪਜਾਮਾ ਜੀ ਨਹੀਂ ਲਵੇੜ ਲਿਆ ਸ਼ਹਿੜਾਂ 'ਚ ਆਉਣ ਵਾਲੇ ਟਾਈਮ 'ਚ ਉਹਦੀਆਂ ਫੋਟੋਆਂ ਲਾਉਣੀਆਂ ਸੀ ਹਾਲਾਂਕਿ ਮੁਆਵਜ਼ਾ ਦਿੱਤਾ ਨਹੀਂ ਪਰ ਉਹਨੇ ਫੋਟੋ ਲਾਉਣੀ ਸੀ ਉਹਦੇ 'ਚ ਮੈਂ ਹੀ ਬੋਲਿਆ ਸੀ ਮੈਂ ਕਿਹਾ ਬਾਈ ਜੀ ਜੇ ਨਾ ਇਹਨੂੰ ਰੋਕਿਆ ਤਾਂ ਆਉਣ ਵਾਲੇ ਕਿਉਂਕਿ ਬਣੀ ਇਸ਼ਤਿਹਾਰਾਂ ਦੀ ਸਰਕਾਰ ਆ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਾਉਣੇ ਉਹ ਇਸ਼ਤਿਹਾਰ ਲਾਉਣੇ ਸੀ ਇਹਨੇ ਬੰਦੇ ਨੇ ਉਦੋਂ ਜਦੋਂ ਕਾਊਂਟਰ ਕੀਤਾ ਤਾਂ ਫਿਰ ਇਹਨੇ ਲਾਏ ਨਹੀਂ ਹੁਣ ਇਹ ਨਹੀਂ ਪਤਾ ਆਂਡਿਆਂ ਦੇ ਇਸ਼ਤਿਹਾਰ ਲਾ ਦੇ ਹਾਲਾਂਕਿ ਆਂਡਿਆਂ ਦੇ ਪੈਸੇ ਦਿੱਤੇ ਨਹੀਂ ਦਿੱਤੇ ਕਣਕ ਵਾਲੇ ਵੀ ਨਹੀਂ ਪਰ ਮੈਨੂੰ ਲੱਗਦਾ ਵੀ ਇਹ ਬੋਰਡ ਕਿਉਂਕਿ ਇਕੱਲੇ ਹੀ ਇਸ਼ਤਿਹਾਰਾਂ ਦੀ ਆ ਅਸੀਂ ਪਿੱਛੇ ਜੇ ਬੰਗਾਲ ਜਾ ਕੇ ਆਏ ਹਾਂ ਬੰਗਾਲ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਫੋਟੋ ਅਤੇ ਜਾਂ ਇਸ਼ਤਿਹਾਰ ਲੱਗਣਾ ਬੰਗਾਲ ਦੇ ਅਖਬਾਰਾਂ 'ਚ ਕਿਉਂ ਜ਼ਰੂਰੀ ਹੈ ਵੀ ਉੱਥੇ ਆਪਣਾ ਕੌਣ ਵੱਸਦਾ ਉੱਥੋਂ ਤੱਕ 1 ਕਰੋੜ ਰੁਪਏ ਦੇ ਇਸ਼ਤਿਹਾਰ ਡਿੱਗੀ ਪੈ ਜਾਂਦੇ ਆ ਇਹਨੂੰ ਕੇਜਰੀਵਾਲ ਨੂੰ ਕਰਪਟ ਬੰਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਖਾਤਰ 1 ਕਰੋੜ ਰੁਪਏ ਸਾਡੇ ਦੇਸ਼ 'ਚ ਖਰਾਬ ਹੋ ਰਹੇ ਆ ਇਕੱਲੇ ਪੰਜਾਬ ਦੇ ਹੋਰ ਤੁਸੀਂ ਜਿਹੜਾ ਮਰਜ਼ੀ ਗੱਲ ਪੁੱਛ ਲਓ ਯਾਰ ਪਰ ਇਹ ਐਡਾ ਤੇਜ਼ ਬੰਦਾ ਨਜਾਇਜ਼ ਜੀ ਤੇਜ਼ ਬੰਦਾ ਇਹ ਸੋਚੋ ਸਿੱਧੀ ਲੋਟ ਨਹੀਂ ਆਉਂਦਾ ਵੀ ਕਰਪਟ ਦੀ ਕਰਪਸ਼ਨ ਦੀ ਗੱਲ ਕਰੀਆ ਪਰ ਇਹ ਕਹਿੰਦੇ ਕਿ ਭ੍ਰਿਸ਼ਟਾਚਾਰ ਮੁਕਤ ਜਿਵੇਂ ਕਰਪਸ਼ਨ ਫਰੀ ਪੰਜਾਬ ਅਸੀਂ ਅੱਜ ਵੀ ਦੇਖ ਰਹੇ ਸੀ ਸਿੱਧੂ ਕਿ ਬੱਸ ਦੇ ਪਿੱਛੇ ਬੋਰਡ ਲੱਗਿਆ ਸੀ ਕਰਪਸ਼ਨ ਫਰੀ ਪੰਜਾਬ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰੋਗੇ ਭ੍ਰਿਸ਼ਟਾਚਾਰ ਬਹੁਤ ਤੇ 3 MLA ਦੇ ਇਹਨੇ ਇੰਨਾ ਹੀ ਰੇਡ ਪਈ ਨਹੀਂ ਜਦੋਂ ਇਹਨਾਂ ਦਾ ਮਨੀਸ਼ ਸਿਸੋਦੀਆ ਫੜਿਆ ਜਾਂਦਾ ਉਹ ਤਾਂ ਦਿੱਲੀ ਧੱਕਾ ਕਰਦੀ ਆ ਲਾਹੌਰ ਧਰਨੇ ਵਾਲੀ ਮੈਂ ਹੁਣ ਜਵਾਬ ਦਿੰਦਾ ਉੱਥੇ ਦਾ ਧਰਨੇ ਲਾਉਂਦੇ ਮੋਦੀ ਵਿਰੁੱਧ ਉਹ ਧਰਨੇ ਨੂੰ ਤਾਂ ਕੁਛ ਨਹੀਂ ਕਹਿੰਦੇ ਵੀ ਸਾਡੇ ਪਬਲਿਕ ਵਿਰੁੱਧ ਹੋ ਜੂ ਤੇ ਇੱਥੇ ਦੁੱਖ ਲੱਗਦਾ ਜਦੋਂ ਪੰਜਾਬ 'ਚ ਧਰਨੇ ਲੱਗਦੇ ਆ ਉੱਥੇ ਕੁਛ ਹੋਰ ਦੋਗਲੀ ਨੀਤੀ ਇੱਥੇ ਕੁਛ ਹੋਰ ਆ ਦਿੱਲੀ ਜਾਂਦੇ ਕੁਛ ਹੋਰ ਆ ਇੱਥੇ ਕੁਛ ਹੋਰ ਆ ਜਿਹੜਾ ਚੱਲਦੀ ਦਿੱਲੀ ਤੋਂ ਯਾਰ ਉਹਦਾ ਕੋਈ ਹੱਲ ਨਹੀਂ ਇਹ ਦਿੱਲੀ ਦੇ ਮੱਲ ਆ ਵੀ ਚੱਪਲੀ ਚੱਟ ਬਣ ਗਏ ਸਾਰੇ
चैनल वाले हो क्योंकि चैनल भी बहुत वड्डी पद्धर से बिकाऊ हो चुका है मीडिया भी जिवें तुसीं हो मुंडे मैनूं तां लगदा भी तुहाडे वर्गे भी वोटां च खड़े हो जाण जिहड़े नॉलेज रखदे आ इहनूं टक्कर वह बंदे ही दे सकदे जे तुसीं कहो लीडर लीडर दा घास पुट चुके वह नहीं दे सकदे आ एम पी च भी फिर जे तुसीं कहोगे भी जित गया भगवंत वह जितनी आ बराबर दा तां कोई है नहीं इहदा बराबर कोई टक्कर देण वाला वे बाकी जिन्ना ये बोलदा जां जिन्ना ये तेज बंदा इन्ना तेज ही है नहीं कोई यार ये तां उप प्रधानमंत्री बनन नूं फिर तां उहनूं लई की बैठा यार अज इहने मीटिंग किसानां तों बाहर आके उन्हें 100 बारी यही कहा भी धरना ना लाओ जूनियां ना भी मानियां असीं नहीं लाउंदे क्यों ना लाइए कोई हल दसो ਘਰੋਂ ਮੰਗਾਂ ਪੂਰੀਆਂ ਸਾਡਾ ਜੀ ਕਰਦਾ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਨਹੀਂ 5000 ਸਾਨੂੰ ਦਿਓ ਕਿੱਲੇ ਦਾ ਤੇਲ ਤੇ ਅਸੀਂ ਨਹੀਂ ਲਾਉਂਦੇ ਅੱਗ ਪਰ ਬਾਈ ਜੀ ਬਹੁਤ ਔਖੇ ਹੋ ਗਏ ਯਾਰ ਕੋਈ ਨੌਕਰੀ ਨਹੀਂ ਮਿਲੀ ਬੁਰੀ ਹਾਲਤ ਆ ਟੈਂਕੀਆਂ ਦੇ ਮਾਸਟਰ ਡਾਕਟਰ ਚੜ੍ਹੇ ਫਿਰਦੇ ਆ ਸਾਰੇ ਪਾਸੋਂ ਕਰਾਫਟ ਆ ਮਾਨਸਾ ਹਸਪਤਾਲ 'ਚੋਂ ਅੱਜ ਹੀ ਆਏ ਹੋ ਤੁਸੀਂ ਇੰਟਰਵਿਊ ਕਰਕੇ ਉੱਥੇ ਕੀ ਹੋਇਆਗਾ ਅਤੇ ਇਹ ਤਾਂ ਕਹਿੰਦੇ ਸੀ ਉਹ ਦਿੱਲੀ ਵਾਲਾ ਮਾਡਲ ਸਾਡੇ ਉਹ ਮੈਡੀਕਲ ਖੋਲਣਗੇ ਐਂ ਕਰਨਗੇ ਉਹ ਡੱਕਾ ਨਹੀਂ ਹੋਣਾ ਉਹ ਪੰਜਾਬ 'ਚ ਤੋਂ ਬਾਜੋ ਦਾ ਬਾਹਲਾ ਭੜਾ ਇਨਕਲਾਬ ਆ ਗਿਆ ਇਹਦਾ ਖਤਮ ਕਰ ਦੂ ਯਾਰ ਪਰ ਇੱਕ ਚੀਜ਼ ਹੋਰ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹੂੰਗਾ ਪਹਿਲੇ ਸਮੇਂ ਦੇ ਵਿੱਚ ਤਾਂ ਇਹ ਵੀ ਗੱਲ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਮੇਰੀ ਗੱਲ ਜਿਹੜੀ ਹੈਗੀ ਆ ਹੁੰਦੀ ਰਹੀ ਆ ਫੋਨ ਦੇ ਉੱਪਰ ਹੁਣ ਕਦੇ ਗੱਲਬਾਤ ਨਹੀਂ ਹੋਈ ਤਾਂ ਜੇ ਹੁਣ ਗੱਲਬਾਤ ਹੁੰਦੀ ਆ ਤਾਂ ਫਿਰ ਇਹ ਚੀਜ਼ਾਂ ਸਮਝਾਉਂਦੇ ਕਿਉਂ ਨਹੀਂ ਫੋਨ ਦੇ ਉੱਪਰ ਹੁਣ ਕਿਉਂ ਆ ਕੇ ਮੀਡੀਆ ਦੇ ਵਿੱਚ ਦੱਸਣੀਆਂ ਪੈ ਰਹੀਆਂ ਨੇ ਓਏ ਬਾਈ ਜੀ ਇਹ ਤਾਂ ਯਾਰ ਇਹ ਤਾਂ ਕਮੇਡੀਅਨ ਤੋਂ ਲੈ ਕੇ ਹੁਣ ਤੇ ਕਿੱਡਾ ਤੇਜ਼ ਬੰਦਿਆਂ ਨੇ ਜਿਵੇਂ ਬਾਦਲ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਵੀ ਲੋਕਾਂ ਦੇ ਸਿਰ ਤੇ ਐਂ ਚੜ ਚੜ ਮੁੱਖ ਮੰਤਰੀ ਬਣਿਆ ਉਵੇਂ ਇਹਨੇ ਵੀ ਵਰਤ ਵਰਤ ਕੇ ਸੁੱਟਿਆ ਬੰਦੇ ਸਾਹਮਣਾ ਖੜਿਆ ਇਹ ਅੱਜ ਉਹਨਾਂ ਦੇ ਵਿਰੁੱਧ ਹੋਇਆਗਾ ਜਿਹੜੇ ਬੰਦੇ ਦੀ ਸਪੋਰਟ ਕਰਦੇ ਰਹੇ ਆ ਸਾਰਿਆਂ ਦੇ ਪੇਜ ਖਤਮ ਕਰਤੇ ਥੋੜ੍ਹੀ ਥੋੜ੍ਹੀ ਵਰਗਾਂ ਦੇ ਮੇਰੇ ਵਰਗਾਂ ਦੇ ਸਾਰਿਆਂ ਦੀਆਂ ਚੀਕ ਮਰਵਾਈ ਆ ਜਿਹੜੇ ਦੇ ਦੋਸਤ ਮਿੱਤਰ ਸੀ ਨਵਜੋਤ ਮਹਿਤਾ ਇੰਨਾ ਤਕੜਾ ਇਹਨਾਂ ਦੀ ਪਾਰਟੀ ਦਾ ਬੰਦਾ ਸੀ ਉਹਨੂੰ ਖੁੱਡੇ ਲੈਣ ਲਈ ਬੈਠੇ ਆ ਇਹਨਾਂ ਨੇ ਇਹਨੇ ਰਾਗੜੀ ਪਹਿਲਾਂ ਲਿਆ ਜੀ ਆ ਹਾਲਾਂਕਿ ਦੁਸ਼ਮਣਾਂ ਨਾਲ ਲਿਆਜ ਪਾਈ ਆ ਜਿਵੇਂ ਬਿੱਟੂ ਵਰਗੇ ਰਮਨੀਤ ਜਾਂ ਹੋਰ ਜਿਹੜੇ ਆਪਾਂ ਨੂੰ ਇਹਦੇ ਦੁਸ਼ਮਣ ਲੱਗਦੇ ਸੀ ਉਹਨਾਂ ਨਾਲ ਲਿਆਜ ਪਾਈ ਆ ਅਤੇ ਜਿਹੜੇ ਨਾਲ ਦੇ ਸੀ ਸਾਰਿਆਂ ਨੂੰ ਮਾੜਾ ਬੰਦੀ ਉਹ ਹੁੰਦਾ ਜਿਹੜਾ ਉਹਦੇ ਲਿਆਜਿਆਂ ਨੂੰ ਰਾਗੜੇ ਪਹਿਲਾਂ ਅਤੇ ਜਦੋਂ ਲਿਆਜਿਆਂ ਨੂੰ ਰਾਗੜਦਾ ਸੋਡਾ ਪਬਲਿਕ ਦਾ ਕੀ ਕਰ ਦੂ ਯਾਰ ਬਾਈ ਜੀ ਸੋਡਾ ਜਲੂਸ ਕੱਢੂ ਭਗਵੰਤ ਮਾਨ ਸਾਹਿਬ ਫੇਰ ਕਹਿੰਦਾ ਰਿਸਪੈਕਟ ਨਾ ਸਹੀ ਰਾਹ 'ਤੇ ਆ ਜਾਓ ਨਹੀਂ ਤੁਹਾਨੂੰ ਪੰਜਾਬ ਨੇ ਮਾਫ਼ ਨਹੀਂ ਕਰਨਾ ਜੇ ਕਹਿੰਦੇ ਆ ਨਾ ਅਸੀਂ ਤਾਂ ਧੌਣ 'ਚੋਂ ਕਿੱਲਾ ਮੋਦੀ ਦੇ ਕੱਢਿਆ ਜਿਹੜਾ ਜੰਮੂ ਕਸ਼ਮੀਰ 'ਚੋਂ 370 ਧਾਰਾ ਤੋੜੀ ਸੀ ਕਹਿੰਦਾ ਬੈਕ ਨਹੀਂ ਹਟਦਾ ਉਠਾਇਆ ਨਾ ਬੈਕ ਅਤੇ ਫਿਰ ਇਹ ਕੀ ਆ ਕਿਸਾਨਾਂ ਮੂਹਰੇ ਯਾਰ ਮੈਨੂੰ ਕਮਾਲ ਨਹੀਂ ਆਉਂਦੀ ਵੀ ਯਾਰ ਇੱਕ ਤੂੰ ਸੂਬੇ ਦਾ ਨਿੱਕਾ ਜਿਹਾ ਮੁੱਖ ਮੰਤਰੀ ਹੋ ਕੇ ਕਿਸਾਨਾਂ 'ਤੇ ਹਵਾ ਕਰੀ ਜਾਂਦਾ ਯਾਰ ਪਤਾ ਤਾਂ ਲੱਗੇ ਬਾਈ ਜੀ ਵੀ ਤੈਨੂੰ ਵੀ ਕਿਸਾਨ ਹੈ ਕੀ ਚੀਜ਼ ਆ ਯਾਰ ਅਸੀਂ ਤਾਂ ਇੰਡੀਆ ਲੈਵਲ 'ਤੇ ਐਡਾ ਅੰਦੋਲਨ ਵਿੱਢ ਕੇ ਖੜ੍ਹ ਗਏ ਸੀਗੇ ਲੜ ਲਏ ਸੀਗੇ ਨਾਲੇ ਸਾਨੂੰ ਲੜਨਾ ਤਾਂ ਔਖਾ ਹੀ ਨਹੀਂ ਸਾਡੇ ਘਰੇ ਰੋਟੀ ਹੈ ਸਾਰਾ ਕੁਛ ਅਸੀਂ ਤਾਂ ਉਹਦੀ ਆ ਜਾਂਗੇ ਧਰਨੇ 'ਤੇ ਹੁਣ ਧਰਨਿਆਂ ਨੂੰ ਇਹ ਰੋਜ਼ ਬਦਨਾਮ ਕਰਿਆ ਕਰੂ ਰੋਜ਼ ਇਹ ਉਹ ਸਮਝ ਜਾਓ ਜਥੇਬੰਦੀਆਂ ਦਾ ਖਹਿੜਾ ਨਾ ਛੱਡੋ ਕੋਈ ਮਰਜ਼ੀ ਤੁਸੀਂ ਕਾਮਰੇਡ ਸਿੱਖ ਜਾਂ ਕੁਛ ਵੀ ਹੋ ਜਾਂ ਕੁਛ ਮੰਨ ਲਓ ਵੀ ਹੋ ਰਿਹਾ ਵਿੱਚ ਕਰ ਦਿੰਦੇ ਆ ਉਹ ਵੀ ਤੁਸੀਂ ਬੰਦ ਕਰਕੇ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਵੀ ਸਭ ਇਕੱਠੇ ਹੋ ਕੇ ਬੈਠੀਏ ਪੰਜਾਬ ਲਈ ਲੜਾਈ ਲੜੀਏ ਤੁਹਾਡੇ ਪੱਲੇ ਕੀ ਰਹਿ ਗਿਆ ਚਾਰੇ ਪਾਸੋਂ ਹਮਲੇ ਹੋ ਕੇ ਬੋਲੀ ਸੋਡੀ ਗਈ ਪਾਣੀ ਸੋਡਾ ਗਿਆ ਡੈਮ ਸੋਡੇ ਗਏ ਯੂਨੀਵਰਸਿਟੀ ਸੋਡੀ ਗਈ ਤੁਹਾਡੇ ਪੱਲੇ ਕੀ ਆ ਚਾਰੇ ਪਾਸੋਂ ਤਾਂ ਪੰਜਾਬ ਦੇ ਹਮਲੇ ਹੋ ਕੇ ਕਾਰਪੋਰੇਟ ਅਦਾਰੇ ਤੁਹਾਡੀ ਜ਼ਮੀਨ ਨੂੰ ਪੈ ਗਏ ਅਤੇ ਤੁਹਾਡੇ ਨੌਜਵਾਨ ਕੁੜੀਆਂ ਮੁੰਡੇ ਬਾਹਰ ਭੱਜ ਗਏ ਉਹ ਤੁਹਾਨੂੰ ਟੱਕਾ ਨਹੀਂ ਪੱਲੇ ਆਉਣਾ ਲੜ ਪਓ ਵਧੀਆ ਰਹੋਗੇ ਅੰਦੋਲਨ ਦੁਬਾਰੇ ਫਿਰ ਵਿੱਢੋ ਕੋਈ ਧਰਨੇ ਤਾਂ ਕਰੀ ਜਾਣਗੇ ਬਦਨਾਮ ਤੁਸੀਂ ਕਾਇਮ ਹੋ ਕੇ ਲੜੋ ਜੀ ਜੀ ਸੋ ਜਗਦੀਪ ਸਿੰਘ ਰੰਧਾਵਾ ਸਾਡੇ ਨਾਲ ਸੀ ਤੁਸੀਂ ਜੁੜੇ ਰਹੋ ਸੋ ਹੁਣ ਆਪਣੇ ਦੋਸਤ ਜਸਕਰਿਆਲ ਅਤੇ ਮਨਿੰਦਰਜੀਤ ਸਿੱਧੂ ਨੂੰ ਦਿਓ ਇਜਾਜ਼ਤ ਧੰਨਵਾਦ ਜੀ।